ਤੁਹਾਡਾ ਭਰਾ ਕਰਦਾ ਪਿਆ ਹੈ ਕੰਪੀਟੀਸ਼ਨ ਦੀ ਤਿਆਰੀ। ਐਤਕੀ 2024 ਵਿੱਚ ਫਿਰੋਜ਼ਪੁਰ ਵਿਖੇ ਕਾਈਟ ਕੰਪੀਟੀਸ਼ਨ ਹੋ ਰਿਹਾ ਹੈ, ਜਿਹਦਾ ਇਨਾਮ ਹੈਗਾ 2 ਲੱਖ ਰੁਪਇਆ। ਉਹਦੇ ਵਿੱਚ ਤੁਹਾਡੇ ਭਰਾ ਨੇ ਲਿਆ ਜੇ ਹਿੱਸਾ। ਆਹ ਹੈਗਾ ਜੀ ਆਪਣਾ ਜਿਹੜਾ ਬਣਾਇਆ ਵਾ, ਪਿਛਲੇ 1 ਹਫ਼ਤੇ ਵਿੱਚ ਇਹਦੇ ਉੱਪਰ ਹੀ ਕੰਮ ਚੱਲਦਾ ਪਿਆ ਸੀ। ਲੋ ਵੀ ਮਿੱਤਰੋ ਗੁੱਡਾ ਹੀ ਰੱਖ ਲਿਆ ਜੇ, ਹੁਣ ਤੇ ਆਹ ਬੰਦ ਕਰਨ ਲੱਗੇ ਕਾਪੀ, ਫਿਰ ਆਪਾਂ ਉੱਥੇ ਖੜ ਲੱਗੇ ਜਾਣਾ। ਆਉਂਦੇ ਹਾਂ ਦੇਖੋ, ਇੱਦਾਂ ਹੀ ਆਪਾਂ ਮੂੰਹ ਵਿੱਚ ਬੰਦ ਕਰ ਦੇਣਾ ਪੈਕ, ਤੇ ਆਹ ਚੀਜ਼ ਤੇ ਲਿਫਾਫਾ ਚੜਾ ਕੇ ਨਾਲ ਇੱਦਾਂ ਜਿਹੜੇ ਬੰਦੇ ਨਹੀਂ ਆ। ਖਲਾਰ ਲਿਆ ਜੀ ਪੂਰਾ, ਵੇਖ ਲਓ। ਦੋਸਤੋ ਤੁਹਾਡਾ ਸਵਾਗਤ ਇੱਕ ਹੋਰ ਘੈੜੀਏ ਵਲੌਗ ਵਿੱਚ। ਤੇ ਸਭ ਤੋਂ ਪਹਿਲਾਂ ਮੈਨੂੰ ਪਤਾ ਹੈ ਸਾਡੀ ਵੀਡੀਓ ਕਾਫੀ ਜ਼ਿਆਦਾ ਲੇਟ ਹੋ ਗਈ ਹੈ, ਪਿਛਲੇ ਕੁਛ ਦਿਨਾਂ ਤੋਂ ਸਾਡੇ ਚੈਨਲ ਤੇ ਕੋਈ ਵੀਡੀਓ ਨਹੀਂ ਸੀ ਆ ਰਹੀ। ਤੇ ਉਹਦਾ ਤੁਹਾਨੂੰ ਮੇਨ ਕਾਰਨ ਵੀ ਦੱਸ ਦਿੰਦਾ, ਇਹ ਸੀ ਕਿ ਤੁਹਾਡਾ ਭਰਾ ਕਰਦਾ ਪਿਆ ਹੈ ਕੰਪੀਟੀਸ਼ਨ ਦੀ ਤਿਆਰੀ, ਠੀਕ ਹੈ। ਤੇ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ, ਮੈਂ ਦੱਸ ਦਿੰਦਾ ਆ, ਐਤਕੀ 2024 ਵਿੱਚ ਫਿਰੋਜ਼ਪੁਰ ਵਿਖੇ ਕਾਈਟ ਕੰਪੀਟੀਸ਼ਨ ਹੋ ਰਿਹਾ ਹੈ, ਜਿਹਦਾ ਇਨਾਮ ਹੈਗਾ 2 ਲੱਖ ਰੁਪਇਆ। ਤੇ ਉਹਦੇ ਵਿੱਚ ਸਭ ਤੋਂ ਵੱਡੀ ਪਤੰਗ ਬਣਾਉਣੀ ਆ ਤੇ ਉਹਨੂੰ ਉਡਾਉਣਾ ਹੈ, ਤੇ ਉਹਦੇ ਵਿੱਚ ਤੁਹਾਡੇ ਭਰਾ ਨੇ ਲਿਆ ਜੇ ਹਿੱਸਾ। ਤੇ ਉਹਦੀ ਤਿਆਰੀ ਕਰਦਾ ਪਿਆ ਸੀ, ਤੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਅਸੀਂ ਉਹ ਪਤੰਗ ਵਿਖਾਵਾਂਗੇ ਜਿਹੜੀ ਆਪਾਂ ਉੱਥੇ ਖੜਨੀ ਆ। ਤੇ ਪਤੰਗ ਦਾ ਸਾਈਜ਼ ਹੈਗਾ ਜੇ 35 ਫੁੱਟ। ਬਾਕੀ ਤੁਹਾਨੂੰ ਪਤੰਗ ਵਿਖਾਉਂਦੇ ਆ, ਤੇ ਆਪਣੇ ਬਾਈ ਨੂੰ ਸਪੋਰਟ ਕਰਿਓ। ਤੇ ਜਿਹੜੇ ਮੇਰੇ ਭਰਾ ਫਿਰੋਜ਼ਪੁਰ ਤੋਂ ਆ, ਕੋਈ ਨੀ ਆ ਜਾਇਓ, ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਹੈਗੀ ਆ, ਤੇ ਉੱਥੇ ਹੋਣਾ ਜੇ ਮੇਲਾ, ਉੱਥੇ ਆਪਾਂ ਮੇਲਾ ਹੀ ਲਵਾਂਗੇ। ਤੇ ਚਲੋ ਵਲੌਗ ਸਟਾਰਟ ਕਰਦੇ ਆ। ਤੇ ਆਹ ਦੇਖ ਲਓ, ਆਹ ਹੈਗਾ ਜੀ ਆਪਣਾ ਜਿਹੜਾ ਬਣਾਇਆ ਵਾ, ਪਿਛਲੇ 1 ਹਫ਼ਤੇ ਵਿੱਚ ਇਹਦੇ ਉੱਪਰ ਹੀ ਕੰਮ ਚੱਲਦਾ ਪਿਆ ਸੀ। ਤੁਸੀਂ ਆਉਂਦੇ ਹੋਣੇ ਆ ਕੀ ਫੋਲਡ ਜਿਹਾ ਕਰਕੇ ਰੱਖਿਆ ਵਾ, ਇਹ ਤੁਹਾਨੂੰ ਬਾਅਦ 'ਚ ਪਤਾ ਲੱਗੂਗਾ। ਵੇਖ ਲਓ, ਇੱਥੇ ਖਲਾਰਾ ਸਾਰੀ ਜਗ੍ਹਾ ਵਿਹਲੀ ਕੀਤੀ ਸੀ, ਉਹ ਵੀ ਇੱਧਰੋਂ ਵੀ, ਇੱਥੇ ਵੀ ਲੱਤਾਂ ਲੁੱਤਾਂ ਖਲਾਰੀਆਂ ਸੀ, ਸਾਰਾ ਕੁਛ ਕੀਤਾ ਸੀ। 35 ਫੁੱਟ ਦਾ ਹੈਗਾ ਆ, ਇੱਥੋਂ ਲੈ ਕੇ ਉਹ ਬਾਰੀ ਤੱਕ ਜਾਂਦਾ ਹੈ ਪੂਰਾ। ਅਤੇ ਇਹਨੂੰ ਹੁਣ ਆਪਾਂ ਚੁੱਕ ਕੇ ਪਹਿਲਾਂ ਬਾਹਰ ਕੱਢਾਂਗੇ, ਅਤੇ ਫਿਰ ਆਪਾਂ ਇਹ ਆਪਾਂ ਤਾਂਹੀਓ ਆਪਾਂ ਇਹਨੂੰ ਰੈਡੀ ਕੀਤਾ ਹੈ ਨਾ। ਦੇਖੋ ਆਹ ਜਿਹੜੀ ਚੀਜ਼ ਹੈਗੀ ਆ, ਇਹ ਫੋਲਡ ਕਰਕੇ ਆਪਾਂ ਖੜ ਸਕਦੇ ਹਾਂ ਉੱਥੇ ਗੱਡੀ ਵਿੱਚ, ਛੋਟੇ ਅਸੀਂ ਵਿੱਚ ਖੜਾਂਗੇ। ਉੱਦਾਂ ਫਿਰ 35 ਫੁੱਟ ਦਾ ਹੋਰ ਕੋਈ ਗੁੱਡਾ ਨਹੀਂ ਜਾਣਾ, ਤਾਂ ਕਰਕੇ ਆਪਾਂ ਇਹ ਰੈਡੀ ਕੀਤਾ, ਨਹੀਂ ਤਾਂ ਗੁੱਡਾ ਤਾਂ ਆਪਾਂ ਹੋਰ ਕੋਈ ਵੀ ਰੈਡੀ ਕਰ ਸਕਦੇ ਸੀ। ਇਹਦਾ ਸਪੈਸ਼ਲੀ ਕਾਰਨ ਇਹੋ ਹੀ ਆ ਕਿ ਇਹ ਫੋਲਡ ਹੋ ਜਾਣਾ ਵਾ, ਜਦੋਂ ਫੋਲਡ ਹੋ ਜਾਣਾ ਫਿਰ ਇਹਨੂੰ ਆਪਾਂ ਰਮਾਨ ਨਾਲ ਚੁੱਕ ਕੇ ਲੈ ਜਾ ਸਕਦੇ ਹਾਂ। ਹੁਣ ਇਹਨੂੰ ਆਪਾਂ ਬਾਹਰ ਖੜਦੇ ਹਾਂ ਅਤੇ ਫਿਰ ਇਹਨੂੰ ਖੋਲਦੇ ਹਾਂ। ਕਿਉਂਕਿ ਮਿੱਤਰੋ ਗੁੱਡਾ ਮਹਾਂ ਹੀ ਔਖਾ ਸੌਖਾ ਕਰਕੇ ਆਪਾਂ ਇੰਨਾ ਲੈ ਆਏ ਹਾਂ, ਹਜੇ ਤੱਕ ਹੀ ਲੈ ਕੇ ਆਏ ਹਾਂ। ਆਹ ਖਲਾਰਾ ਜੀ ਇੱਥੇ ਖੁੱਲ ਗਿਆ ਸੀ ਥੋੜ੍ਹਾ ਜਿਹਾ, ਫਿਰ ਆਪਾਂ ਇਹਨੂੰ ਬੰਨਤਾ ਆ, ਇਹਨੂੰ ਖਲਾਰਾ ਵਾ ਸਿਧਾ, ਜ਼ਿਆਦਾ ਖਲਾਰਾ ਇਹਦਾ ਇਹੋ ਹੀ ਆਇਆ ਇਹਨੂੰ ਖੜਨ ਦਾ। ਉੱਦਾਂ ਕਿਉਂਕਿ ਹੁਣ ਹਵਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਤੇਜ਼ ਆ, ਉਹ ਦੇਖੋ ਸਾਹਮਣੇ ਹਵਾ ਝੰਡਾ ਤੁਹਾਨੂੰ ਖੜਨਾ ਬਿਲਕੁਲ, ਅਤੇ ਜ਼ਿਆਦਾ ਹਵਾ ਤੇਜ਼ ਵੀ ਨਹੀਂ ਸਹੀ ਰਹਿੰਦੀ, ਇਸ ਕਰਕੇ ਹੁਣ ਇਹਨੂੰ ਬਸ ਆਪਾਂ ਖੜਦੇ ਹਾਂ, ਸੜਕ ਪਾਰ ਕਰਦੇ ਤਾਂ ਉੱਥੇ ਜਾ ਕੇ ਵਿਖਾਵਾਂਗੇ ਤੁਹਾਨੂੰ ਸਿੱਧਾ ਕਲੋਨੀ 'ਚ। ਗੱਟੂ ਲੈ ਆਇਆ, ਬਚਦੇ ਬਚਾਉਂਦੇ ਅਸੀਂ ਆ ਗਏ ਨੇ, ਠੀਕ ਆ, ਲੈ ਗਏ ਸਮਾਨ ਆਪਣਾ ਸਾਰਾ। ਆਹ ਵੇਖ ਲਓ ਹੁਣ ਉਹ ਖੋਲਣ ਲਿਆ ਜਿੱਥੋਂ, ਬੰਦੇ ਆਪਣੇ ਕੋਲ ਵੇਖ ਲਓ, ਆਹ ਭਰਾ ਜੇ ਇੱਕ ਉਹ ਵੀ ਹੈਗਾ ਨਾਲ, ਬੰਟੀ ਦਾ ਤੁਹਾਨੂੰ ਪਤਾ ਹੀ ਆ, ਸੁੱਖਾ ਵੀ ਆ ਗਿਆ ਜੇ, ਇੰਨੇ ਬੰਦੇ ਹੈਗੇ ਜੇ ਆਪਾਂ ਇਹਨੂੰ ਲਾਉਣ ਵਾਲੇ। ਚਲੋ ਹੁਣ ਇਹਨੂੰ ਖਿਲਾਰਦੇ ਹਾਂ, ਫੜ ਕੇ ਰੱਖੇ ਗੁੱਡਾ ਇੱਥੋਂ ਸਾਡਾ ਤੀਲਾ ਖਰਾਬ ਕਰਦਾ ਪਿਆ ਸੀ ਮਾੜਾ ਜਿਹਾ, ਇੱਥੋਂ ਆਪਾਂ ਕਰ ਲਿਆ ਜੇ ਸੈੱਟ, ਅਤੇ ਤਣਾਅ ਭਾਰਾ ਹੈਗਾ ਸੀ, ਭਾਰਾ ਪੈਦਾ ਡਾਉਣ ਲੱਗੇ, ਫਿਰ ਬਾਅਦ 'ਚ ਆਪਾਂ ਵੇਖਾਂਗੇ ਹਲਕਾ ਕਰਨਾ ਕਿ ਨਾ ਕਰਨਾ, ਇੱਕ ਰਿਪੇਅਰ ਕਰ ਲੱਗੇ ਟਰਾਈ।
ਪਤਾ ਨਹੀਂ ਰਿਹਾ ਓਏ ਗੰਡਾ ਆਓ ਮਿੰਟੋ ਮਿੰਟ ਡਾਰੇ ਪੱਟੀ ਸੰਤੋ ਬਣਾ ਸੰਤੋ ਬਣਾ ਵੀਡੀਓ ਥੱਲੇ ਜਾ ਕੇ ਬਣਾ ਪਾਰ ਗਈ ਗੁੱਡਾ ਹੁਣ ਪਾਟਾ ਜੀ ਆਪਣਾ ਇੱਕ ਇੱਥੋਂ ਇੱਥੋਂ ਉੱਥੋਂ ਇਹ ਪਾੜ ਗਿਆ ਉੱਡ ਗਿਆ ਉੱਦਾਂ ਬੜਾ ਵਧੀਆ ਆਪਣਾ ਸਾਰਾ ਗੁੱਡਾ ਹੁਣ ਇਹਨੂੰ ਆਪਾਂ ਲਪੇਟਣ ਲੱਗੇ ਹਾਂ ਅਤੇ ਖੜਨ ਲੱਗੇ ਹਾਂ ਘਰੇ ਅਤੇ ਇਹਨੂੰ ਕਰਾਂਗੇ ਰਿਪੇਅਰ ਅਤੇ ਫਿਰ ਵੇਖਾਂਗੇ ਕਰੀ ਡਾ ਕੇ ਕਿਉਂਕਿ ਆਪਾਂ ਉੱਥੇ ਪੂਰਾ ਸੈੱਟ ਕਰਕੇ ਲੈ ਕੇ ਜਾਣਾ ਉੱਥੇ ਜਾ ਕੇ ਨਾ ਕੋਈ ਖਰਾਬੀ ਕਰੇ ਬਾਅਦ 'ਚ ਇਸ ਕਰਕੇ ਹੁਣ ਸਾਰਾ ਆਪਾਂ ਰਿਪੇਅਰ ਕਰਕੇ ਅਤੇ ਫਿਰ ਡਾਉਣ ਲੱਗੇ ਹਾਂ ਲੋਕ ਮਿੱਤਰੋ ਗੁੱਡਾ ਆਪਾਂ ਘਰੇ ਲੈ ਆਏਗੇ ਹੁਣ ਨੈਕਸਟ ਡੇ ਹੈਗਾ ਵਾ ਰਿਪੇਅਰ ਕਰਨ 'ਚ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਸੀ ਆਹ ਚੀਜ਼ ਜਿਹੜੀ ਫਟਦੀ ਪਈ ਸੀ ਨਾ ਇੱਥੇ ਵੀ ਸੂਤਰ ਲਾ ਦਿੱਤੀ ਹੈ ਜੇ ਸਾਰੀ ਆਹ ਤੁਸੀਂ ਦੇਖ ਸਕਦੇ ਜੀ ਪਹਿਲਾਂ ਦੋ ਹੀ ਲੈਣਾ ਸੀ ਉੱਧਰ ਦੇਖੋ ਦੋ ਹੀ ਹੁਣ ਚਾਰ ਅਤੇ ਵੀ ਦੋ ਆ ਟੋਟਲ ਇੱਕ ਦੋ ਤਿੰਨ ਚਾਰ ਪੰਜ ਛੇ ਲੈਣਾ ਕਰਤੀਆਂ ਵਾ ਅਤੇ ਗੁੱਡਾ ਸਾਡਾ ਰੈਡੀ ਏ ਟੂ ਜੈਡ ਉੱਡਣ ਲਈ ਅਜੇ ਹਵਾ ਥੋੜ੍ਹੀ ਜਿਹੀ ਘੱਟ ਆ ਅਤੇ ਇੱਧਰ ਆਪਾਂ ਇਹਦੀ ਤਿਆਰੀ ਕਰਦੇ ਪਏ ਡੱਬੇ ਦੀ ਇਹ ਡੱਬਾ ਆਪਾਂ ਤਾਂ ਬਣਾਉਂਦੇ ਹਾਂ ਕਿ ਇਹਦੇ ਵਿੱਚ ਪੈਕ ਕਰਕੇ ਫਿਰ ਖੜਨਾ ਇਹਦਾ ਮੂੰਹ ਜਿਹੜਾ ਹੈਗਾ ਨਾ ਉਹ ਜਿਹੜਾ ਮੂੰਹ ਪਿਆ ਆ ਇਹ ਪੈਕ ਕਰਕੇ ਆਹ ਡੱਬੇ ਵਿੱਚ ਪਾ ਕੇ ਫਿਰ ਆਪਾਂ ਉੱਥੇ ਖੜਾਂਗੇ ਕੰਪੀਟੀਸ਼ਨ 'ਤੇ ਛੋਟੇ ਹਾਥੀ 'ਤੇ ਚਲੋ ਹੁਣ ਪਹਿਲਾਂ ਆਪਾਂ ਡੱਬਾ ਬਣਾ ਲਈਏ ਫਿਰ ਇਹਨੂੰ ਡੱਬੇ 'ਚ ਪੈਕ ਕਰਕੇ ਸਾਹਮਣੇ ਖੜਾਂਗੇ ਅਤੇ ਫਿਰ ਇਹਨੂੰ ਡੋਨੇ ਆ ਲੋ ਵੀ ਮਿੱਤਰੋ ਗੁੱਡਾ ਹੀ ਰੱਖ ਲਿਆ ਜੇ ਹੁਣ ਤੇ ਆਹ ਬੰਦ ਕਰਨ ਲੱਗੇ ਕਾਪੀ ਫਿਰ ਆਪਾਂ ਉੱਥੇ ਖੜਨ ਲੱਗੇ ਜਾਣਾ ਆਉਂਦੇ ਹਾਂ ਦੇਖੋ ਇੱਦਾਂ ਹੀ ਆਪਾਂ ਮੂੰਹ 'ਚ ਬੰਦ ਕਰ ਦੇਣਾ ਪੈਕ ਅਤੇ ਆਹ ਚੀਜ਼ 'ਤੇ ਲਫਾਫਾ ਚੜਾ ਕੇ ਨਾਲ ਇੱਦਾਂ ਜਿਹੜੇ ਬੰਦੇ ਨਹੀਂ ਆ ਹੁਣ ਇਹਨੂੰ ਚੁੱਕ ਕੇ ਆਪਾਂ ਖੜਨ ਲੱਗੇ ਸਾਹਮਣੇ ਪਾਰਕ ਵਿੱਚ ਹਵਾ ਤੁਹਾਨੂੰ ਮੈਂ ਦੱਸ ਦਿੰਦਾ ਆ ਰਿਹਾ ਹਵਾ ਦਾ ਮੋਲ ਉਹ ਵੇਖ ਲਓ ਝੰਡਾ ਹਵਾ ਥੋੜ੍ਹੀ ਹੈਗੀ ਆ ਕਿਉਂਕਿ ਇਹ ਗੁੱਡੇ ਨੂੰ ਡਾਉਣ ਵਾਸਤੇ ਹਵਾ ਬੜੀ ਚਾਹੀਦੀ ਪਰ ਟਰਾਈ ਕਰਦੇ ਹਾਂ ਅੱਜ ਚਲੋ ਖੜੀਏ ਇਹਨੂੰ ਫਿਰ ਤਾਂ ਵੇਖ ਲਓ ਜਗਾੜ ਲਾ ਕੇ ਆਪਾਂ ਲੈ ਆਏ ਹਾਂ ਗੱਤੇ ਨਾਲ ਇੱਥੋਂ ਵੀ ਸੂਤਰ ਨਾਲ ਬੰਨਿਆ ਇੱਥੋਂ ਵੀ ਉੱਥੋਂ ਵੀ ਇੱਕ ਬੰਦਾ ਉੱਥੋਂ ਹੱਥ ਪਾਉਂਦਾ ਇੱਕ ਉੱਥੋਂ ਇੱਕ ਇੱਥੋਂ ਦੇਖੋ ਇੱਦਾਂ ਚੁੱਕ ਲਈਦਾ ਹੁਣ ਚੁੱਕੇ ਨੂੰ ਖੜ ਲੱਗੇ ਆਪਾਂ ਸਾਹਮਣੇ ਕਲੋਨੀ 'ਚ ਉਹ ਵੀ ਮਿੱਤਰੋ ਲੈ ਕੇ ਆ ਗਏ ਜੀ ਆਪਾਂ ਹੁਣ ਅਨਬੋਕਸਿੰਗ ਹੋਣ ਲੱਗੀ ਇਹਦੀ ਵੇਖਦੇ ਹਾਂ ਕੀ ਬਣਿਆ ਹਜੇ ਮਾਹੌਲ ਅੰਦਰ ਇਹਦੇ ਮੂੰਹ ਦਾ ਸਹੀ ਸਲਾਮਾਂ ਦਿਆ ਕਿ ਨਹੀਂ ਵੇਖ ਕੇ ਵੱਡੀ ਧਿਆਨ ਨਾ ਉਹ ਭਰਾ ਖੋਲ ਉਹ ਨਹੀਂ ਖੋਲਣਾ ਉਹ ਡੰਗਰ ਉਹ ਖੋਲਣ ਲੱਗਾ ਸੀ ਇਹਦਾ ਸਰ ਗਿਆ ਜੀ ਇਹ ਚੱਲ ਠੀਕ ਹੀ ਅੰਦਰ ਬਚਾਇਆ ਬਸ ਇੱਦਾਂ ਹੀ ਆਪਾਂ ਉੱਥੇ ਲੈ ਜਾਣਾ ਵਾ ਚੱਲ ਹਵਾਈ ਵੇ ਖਲਾਰ ਲਿਆ ਜੇ ਪੂਰਾ ਵੇਖ ਲਓ ਚੁੱਕ ਗੱਤਾ ਵੱਡੀ ਮੂੰਹ ਫੜ ਚੱਲ ਖਿੱਚਦੇ 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 ਠੀਕ ਆ ਨਾ ਚੱਲ ਠੀਕ ਆ ਚਲੋ ਇਹਨੂੰ ਡੋਨੇ ਆ ਚੱਲ ਦੋ ਵਾਰੀ ਡਾਇਆ ਜੇ ਆਪਾਂ ਹਵਾ ਕਰਕੇ ਨਹੀਂ ਉੱਡਦਾ ਪਿਆ ਉਹ ਉੱਡ ਜਾਂਦਾ ਵਾ ਹਵਾ ਲੱਗਦੀ ਨਹੀਂ ਫਿਰ ਥੱਲੇ ਆ ਕੇ ਡਿੱਗ ਜਾਂਦਾ ਆ ਹੁਣ ਹਵਾ ਦੀ ਵੇਟ ਕਰਦੇ ਪਏ ਜਦੋਂ ਹਵਾ ਆਊਗੀ ਨਾ ਫਿਰ ਕਿਉਂਕਿ ਗੁੱਡਾ ਵੇਖ ਲਓ ਕਿੱਡਾ ਤਕੜਾ 35 ਫੁੱਟ ਦਾ ਗੁੱਡਾ ਹੈ ਤੁਹਾਨੂੰ ਹਵਾ ਵੀ ਘੱਟੋ ਘੱਟ 30-40 ਕਿਲੋਮੀਟਰ ਚਾਹੀਦੀ ਹਵਾ ਫਿਰ ਜਾ ਕੇ ਨਹੀਂ ਉੱਡਣਾ ਆ ਚਲੋ ਹੁਣ ਵੇਟ ਕਰਦੇ ਹਾਂ ਫਿਰ ਡੋਨੇ ਨੂੰ ਇੰਨੀ ਹਵਾ ਜਾਂਦੀ ਆਪਾਂ ਫੜ ਲਿਆ ਦੋਵੇਂ ਨੂੰ ਦੂਜਾ ਨੀ ਪਤਾ ਦੂਜਾ ਬਣ ਕੇ ਸਾਡੇ
रख दे लो भी मित्रों तुम मुद्दे की गल देना की है मैं हवा हैगी गुड्डा सा पूरा सैट उड़ता जे पिछली वीडियो तुम वेख्या बड़ा उड़िया लास्ट ट्राई मार लगे जे उतो कनी दवानी है तो उतो चुका कंपीटिशन में वेखा जो हवा ही फिर ही डावे उदा थोड़ी डाउना आप उसे जाके जो हवा होगी फिर हम इन डॉ लगे जे एक दो चल लो भी मित्रों इन्नी मेहनत तो बाद गुड्डा वहा वंटिए इधर ले लो इतों फड़िया जे इतों आओ जान दिया जे 35 फुट का गुड्डा वर्ल्ड रिकॉर्ड स्केलेटन वाला मित्रों गुड्डा पूरी हवा च लग गया जे कन्नी दूरों दवाई ते आ हाडा भी रहा सी एक वेख के गुड्डा की हाल है की नाम अपना अपना करणवीर सिंह करणवीर सिंह किदा लगा गुड्डा फिर बहुत वधिया आए लो गुड्डा डाया सी भी रहंदा मैं चल गुड्डा वहा दिए ਦੇਖ ਲੋ ਗੁੱਡਾ ਪੂਰਾ ਬਸ ਇਦਾਂ ਆ ਕੰਪੀਟੀਸ਼ਨ ਚ ਵੀ ਆਪਾਂ ਇਦਾਂ ਹੀ ਡਾਉਣਾ ਆ ਬਸ ਦੂਰੋਂ ਤਰ ਮੈਂ ਦਿਖਾ ਦੇਣਾ ਇੱਥੋਂ ਵੇਖੋ ਉੱਥੋਂ ਕੰਨੀ ਦਵਾਈ ਸੀ ਆਪਾਂ ਇੰਨੀ ਦੂਰੋਂ ਕੰਨੀ ਦਵਾਣੀ ਪੈਣੀ ਆ ਫਿਰ ਇਹਨੇ ਉੱਡਣਾ ਆ ਚਲੋ ਵੇਨੇ 10 ਮਿੰਟ ਲੱਗਣ ਪੂਰਾ ਡਾਉਣਾ ਆ ਆਪਾਂ ਫਿਰ ਇਹਨੂੰ ਲਾ ਲੈਣਾ ਆ ਲੋ ਵੀ ਮਿੱਤਰੋ ਗਰਮੀ ਹੋ ਗਈ ਜੇ ਜੈਕਟ ਜੁਗੜ ਲਾ ਲਈ ਆ ਤੇ ਗੁੱਡਾ ਵੇਖੋ ਤੁਸੀਂ ਜਰਾ ਵੇਖੋ ਯੈਸ ਕਰਾਉਂਦਾ ਕਿ ਨਹੀਂ ਪੂਰੀ ਅੱਤ ਕਰਾਉਂਦੇ ਆ ਜਾਂ ਇੱਕ ਵਾਲਿਆ ਜੇ ਇੱਥੇ ਆ ਲਾ ਆ ਗਿਆ ਜਰਾ ਚੰਗਾ ਬੜਾ ਹੈਗਾ ਆ ਤੇ ਤੁਹਾਨੂੰ ਮੈਂ ਜਗ੍ਹਾ ਵੀ ਵਿਖਾ ਦੇਣਾ ਕਿੱਡੀ ਹੈਗੀ ਆਪਣੀ ਉੱਥੋਂ ਇੰਨੀ ਜਗ੍ਹਾ ਹੈਗੀ ਆ ਤੁਸੀਂ ਮੰਨ ਲਓ ਹਿਸਾਬ ਇੰਨੀ ਜਗ੍ਹਾ ਵਿੱਚ ਹੈਗਾ ਤੇ ਉੱਥੋਂ ਕੰਨੀ ਦਵਾਈ ਸੀ ਤੇ ਫਿਰ ਜਾ ਕੇ ਉੱਡਿਆ ਸੀ ਫਿਰ ਹੁਣ ਹਵਾ
ਬੇਟਾ ਹਾਂ ਵੇਖੋ ਥੱਲੇ ਡਿੱਗਾ ਲਾ ਪਿਆ ਨਾ ਤੇ ਹੁਣ ਆਪਾਂ ਇਹਨੂੰ ਲੱਗੇ ਜੇ ਲਾਉਣ ਤੇ ਲਾਉਨੇ ਆ ਫੇਰ ਖੜਦੇ ਨੂੰ ਘਰੇ ਵੀਡੀਓ ਬਣਾ ਸਟਾਰਟ ਕਰ ਚੱਲ ਤਾਂ
ਮੁੰਡੇ ਲੱਗਣ ਦੇ ਚੀਕਾਂ ਮਾਰਦੇ ਜਾਂਦੇ ਆ ਕੀ ਡਾਤ ਆਏ ਓਏ ਉਧਰ ਹਾ ਓਏ ਇਧਰ ਮਗਰ ਮਗਰ ਹੀ ਲਾ ਮੰਗਦੇ ਲੋਬੀ ਮਿੱਤਰੋ ਗੁੱਡਾ ਲੱਥ ਗਿਆ ਜੇ ਪੂਰਾ ਆ ਬੰਟੀ ਆਉਂਦਾ ਜਿਹੜਾ ਹੈਡ ਲੈ ਕੇ ਸਾਡੇ ਹੈਡ ਕਵਰ ਆ ਸਾਡੇ ਸਕੈਲਟਨ ਦਾ ਤੇ ਗੁੱਡਾ ਉੱਡ ਗਿਆ ਜੇ ਵੇਖ ਲਓ ਜਿੰਨੀ ਉਮੀਦ ਨਾਲ ਬਣਾਇਆ ਅਸੀਂ ਡਾਇਆ ਸੀ ਨਾ ਪੂਰੀ ਕਰ ਗਿਆ ਜੇ ਸਾਰੀ ਤੇ ਪਿਛਲੀ ਵੀਡੀਓ ਤੁਸੀਂ ਪਹਿਲਾਂ ਵੇਖਿਆ ਹੋਣਾ ਵੀਡੀਓ ਕਹਿੰਦਾ ਮੈਂ ਪਹਿਲਾਂ ਇੱਥੇ ਤੋਂ ਪਾੜਦਾ ਸੀ ਨਾ ਸੂਤਰ ਲਾਈ ਹੁਣ ਕਿਤੋਂ ਬਣੀ ਜੇ ਪਾਟਾ ਤੇ ਬਸ ਇਹਨੂੰ ਕਰੀਏ ਹੁਣ ਪੈਕ ਤੇ ਇੰਤਜ਼ਾਰ ਜੇ ਸਿਰਫ ਹੁਣ ਕੰਪੀਟੀਸ਼ਨ ਦਾ ਅੱਜ ਮੈਂ ਵੀਡੀਓ ਸ਼ੂਟ ਕਰਦਾ ਪਿਆ ਹੈਗੀ ਆ 9 ਤਰੀਕ ਤੇ ਕੰਪੀਟੀਸ਼ਨ ਹੈਗਾ 11 ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਆ ਵੀਡੀਓ 10 ਤਰੀਕ ਨੂੰ ਆ ਜਾਏ ਚੈਨਲ ਤੇ ਪੂਰੀ ਕੋਸ਼ਿਸ਼ ਕਰਾਂਗੇ ਪਾਉਣ ਦੀ ਤੇ ਜਿਹੜੇ ਆਪਣੇ ਵੀਰ ਭਰਾ ਫਿਰੋਜ਼ਪੁਰ ਹੈਗੇ ਆ ਠੀਕ ਆ ਉੱਥੇ ਯੂਨੀਵਰਸਿਟੀ ਹੈਗੀ ਆ ਮੈਂ ਉਹਦਾ ਲਿੰਕ ਦੇ ਦੂੰਗਾ ਉੱਥੇ ਆ ਜਿਓ ਆਪਾਂ ਮਿਲਾਂਗੇ ਕੰਪੀਟੀਸ਼ਨ ਬੜਾ ਹੀ ਜ਼ਬਰਦਸਤ ਹੋਣਾ ਜੇ ਤੇ ਚਲੋ ਮਿਲਦੇ ਆ ਨੈਕਸਟ ਵਲੌਗ ਵਿੱਚ ਓਕੇ ਬਾਏ ਟਾਟਾ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਓਕੇ ਬਾਏ ਟਾਟਾ।